ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਲੱਕੜ ਦੇ ਕੰਮ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਅਤੇ ਉਹਨਾਂ ਦਾ ਨੋਟੀਫਿਕੇਸ਼ਨ ਪਾਉਣ ਲਈ ਆਪਣੇ ਚੈਨਲ ਦੇ ਬੈਲ ਆਈਕਨ ਨੂੰ ਜ਼ਰੂਰ ਦੱਬੋ ਜੀ। ਠੀਕ ਹੈ ਜੀ, ਰੰਗ ਕੇ ਫਰੇਮਾਂ ਆਪਾਂ ਨੇ ਜਿਹੜੀਆਂ ਹੁੰਦੀਆਂ ਨੇ ਸਾਈਜ਼ ਦੀਆਂ ਦੇਖ ਲਓ, ਠੀਕ ਹੈ। ਲੰਮੀਆਂ ਫਰੇਮਾਂ ਇਹਨਾਂ 'ਤੇ ਨਿਸ਼ਾਨ ਲਾਉਣੇ ਹੁੰਦੇ ਨੇ, ਦੋਨਾਂ ਪਾਸੇ ਨਿਸ਼ਾਨ ਲਾ ਲਓ। ਜਿਹੜਾ ਪਾਸਾ ਸਾਫ਼ ਹੈ, ਜਿਹੜਾ ਸਹੀ ਨਿਕਲਿਆ ਹੋਇਆ, ਠੀਕ ਹੈ, ਪੰਜਾਹ ਪਾਸਾ ਆਪਣਾ ਸਹੀ ਨਹੀਂ ਨਿਕਲਿਆ ਹੋਇਆ, ਠੀਕ ਹੈ, ਇਹਨੂੰ ਅੰਦਰਲੇ ਪਾਸੇ ਕਰ ਦਿਓ, ਠੀਕ ਹੈ। ਜਿਹੜਾ ਪਾਸਾ ਸਾਫ਼ ਹੈ ਇਹਨੂੰ ਬਾਹਰੇ ਕਰ ਦੇਣਾ ਆਪਾਂ ਨੇ, ਇਹਦਾ ਪਾਸਾ ਥੋੜ੍ਹਾ ਜਿਹਾ ਖਰਾਬ ਸੀਗਾ, ਆਹ ਪਾਸਾ ਸਾਫ਼ ਹੈ, ਇਹਨੂੰ ਆਪਾਂ ਨੇ ਬਾਹਰੇ ਕਰ ਦੇਣਾ। ਦੋਨਾਂ ਦੇ ਦਰਸ਼ ਮਿਲਾ ਦੇਣੇ ਨੇ ਤਾਂ ਕਿ ਜਦੋਂ ਆਪਾਂ ਪੱਲਾ ਠੋਕਾਂਗੇ ਤਾਂ ਸਹੀ ਅੰਦਰਲੇ ਪਾਸੇ ਆ ਜਾਣ, ਇੱਕ ਪਾਸੇ ਸਾਫ਼ ਪਾਸਾ ਬਾਹਰੇ ਹੋ ਜਾਵੇ, ਠੀਕ ਹੈ ਜੀ। ਇਹ ਪ੍ਰੋਪਰ ਮੋਟਾ 1.5 ਇੰਚੀ ਹੈ, ਠੀਕ ਹੈ ਜੀ, ਅਤੇ ਫਰੇਮ ਆਪਣੀ ਹੈਗੀ ਆ 5.5 ਇੰਚ, ਪ੍ਰੋਪਰ ਪੂਰੀ ਤਿਆਰ ਹੈ ਨਾ ਜੀ, ਠੀਕ ਹੈ ਜੀ, ਅਤੇ 1.5 ਇੰਚੀ ਆ ਪੂਰਾ ਮਾਲ ਇਹ। ਅਤੇ ਇਹਦੇ ਵਾਸਤੇ ਆਪਾਂ ਨੂੰ ਦੋ ਖੁਰਜੀਆਂ ਚਾਹੀਦੀਆਂ ਹੁੰਦੀਆਂ ਨੇ, ਠੀਕ ਹੈ, ਜਿਵੇਂ ਹੁਣ ਆਪਾਂ ਨੇ ਪੱਲੇ ਦੇ ਨਿਸ਼ਾਨ ਲਾਉਣੇ ਨੇ ਤਾਂ ਇਹ ਖੁਰਜੀ ਦੇ ਹਿਸਾਬ ਨਾਲ ਹੀ ਲੱਗਦੇ ਨੇ, ਠੀਕ ਹੈ ਜੀ। ਜਿਵੇਂ ਹੁਣ ਆਹ ਆਪਣੀ ਖੁਰਜੀ ਹੈ, ਠੀਕ ਹੈ, ਇਹ ਉੱਪਰਲੀ ਖੁਰਜੀ ਹੈ, ਉੱਪਰ ਅਸੀਂ ਖੁਰਜੀ ਪਾਉਂਦੇ ਹਾਂ 7 ਇੰਚ ਵਾਂਗੂ, ਸੂਤ ਕੰਮ 7 ਹੈ ਇਹ, ਅਤੇ ਨੀਚੇ ਵਾਲੀ ਖੁਰਜੀ 9 ਇੰਚ ਹੁੰਦੀ ਹੈ, ਥੋੜ੍ਹਾ ਟਾਈਮ ਘੱਟੇ ਦਾ 9.5 ਹੈ, ਠੀਕ ਹੈ ਜੀ, ਇਹ 9.5 ਹੁੰਦੀ ਹੈ, ਅਤੇ ਇਸੇ ਹਿਸਾਬ ਨਾਲ ਹੀ ਇਹਦੇ 'ਤੇ ਆਪਾਂ ਸੱਲਾਂ ਦਾ ਨਿਸ਼ਾਨ ਲਾਉਂਦੇ ਹੁੰਦੇ ਹਾਂ, ਠੀਕ ਹੈ ਜੀ। ਅਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖਿਓ, ਜਦੋਂ ਆਪਾਂ ਨੇ ਖੁਰਜੀ ਲੈਣੀ ਹੈ ਤਾਂ ਜਿਵੇਂ ਆਹ ਨਿਕਲੀ ਨਹੀਂ ਨਾ ਹੋਈ, ਇਹ ਖੁਰਜੀ ਨਹੀਂ ਲੈਣੀ, ਠੀਕ ਹੈ ਜੀ, ਇਹਦੇ ਵਾਸਤੇ ਆਪਾਂ ਨੂੰ ਪ੍ਰੋਪਰ ਸਾਫ਼ ਖੁਰਜੀ ਚਾਹੀਦੀ ਹੈ, ਚਾਹੀਦੀ ਹੈ, ਠੀਕ ਹੈ, ਜਿਹੜੇ ਦੋਨਾਂ ਪਾਸੇ ਕਿਨਾਰੇ ਜਮਾਂ ਸਾਫ਼ ਹੋਣਗੇ, ਇਹ ਨਿਕਲੀ ਹੋਵੇ ਅਤੇ ਕੋਈ ਦਿੱਕਤ ਨਾ ਹੋਵੇ। ਇੱਕ ਤਾਂ ਦੇਖੋ ਆਪਾਂ ਨੂੰ ਨਾ ਸਿੰਪਲ ਤਰੀਕਾ, ਠੀਕ ਹੈ, ਜਿਵੇਂ ਹੁਣ ਆਪਣੀ ਇਹ ਖੁਰਜੀ ਦੀ ਹੈਗੀ ਆ ਸੂਤ ਕੰਮ 7 ਹੈ ਨਾ, ਠੀਕ ਹੈ, ਆਪਾਂ ਨੇ ਉੱਪਰਲਾ ਨਿਸ਼ਾਨ ਲਾਉਣਾ ਅਤੇ ਨੀਚੇ ਵਾਲਾ ਨਿਸ਼ਾਨ ਲਾਉਣਾ। ਪਹਿਲਾਂ ਆਪਾਂ ਨੇ ਇਹਦੀ ਹਾਈਟ ਲੈਣੀ ਹੈ, ਠੀਕ ਹੈ, ਜਿਵੇਂ ਹੁਣ ਇਹਦੇ 'ਚ ਆਪਾਂ ਨੂੰ ਸਾਈਜ਼ ਚਾਹੀਦਾ ਹੈ, ਜਿਵੇਂ ਆਪਾਂ ਨੇ ਸਪੋਜ਼ ਕਰ ਲਓ ਵੀ ਆਹ ਪੱਲਾ ਆਪਣਾ ਰਹਿੰਦਾ ਇੱਕ, ਠੀਕ ਹੈ ਜੀ, ਇਹਦੀ ਚੜਾਈ ਹੈਗੀ ਆ 44.6, 86.2, ਠੀਕ ਹੈ ਜੀ, ਆਪਾਂ ਨੂੰ ਹਾਈਟ ਹੈ ਜਿਹੜੀ 86.2 ਰੱਖਣੀ ਹੈ, ਠੀਕ ਹੈ ਜੀ। ਇਸ ਤਰ੍ਹਾਂ ਇੱਕ ਆਪਾਂ ਰੈਂਡਮ ਨਿਸ਼ਾਨ ਲਾ ਲਾਂਗੇ ਨੀਚੇ, ਠੀਕ ਹੈ ਜੀ, ਇੱਥੇ ਨਿਸ਼ਾਨ ਲਾ ਲਿਆ। ਇਸ ਤੋਂ ਬਾਅਦ ਆਪਣੀ ਹਾਈਟ ਸੀਗੀ ਦੇਖੋ ਜੀ 86.2 ਹੈ, ਠੀਕ ਹੈ ਜੀ, ਆਪਾਂ ਨੇ 86.2 'ਤੇ ਨਿਸ਼ਾਨ ਲਾ ਲੈਣਾ। ਛਿਆਸੀ ਦੋ ਆਪਣਾ ਪ੍ਰੋਪਰ ਸਾਈਜ਼ ਸੀਗਾ, ਇਹਦੇ 'ਚ ਆਪਾਂ ਵਾਧਾ ਰੱਖ ਸਕਦੇ ਹਾਂ, 2 ਸੂਤ ਵੀ ਰੱਖ ਸਕਦੇ ਹਾਂ, ਕੋਈ 3 ਸੂਤ ਰੱਖਦਾ, ਕੋਈ 4 ਸੂਤ ਰੱਖਦਾ, ਮੇਰਾ ਵਾਧਾ 2 ਸੂਤ ਹੀ ਹੁੰਦਾ, ਮੈਂ 2 ਸੂਤ ਵਾਧਾ ਰੱਖਦਾ ਉਹਨੂੰ, ਠੀਕ ਹੈ ਜੀ। ਅਤੇ 86.2 ਸੀਗਾ, ਆਪਾਂ ਨੇ 86.4 ਕਰ ਲੈਣਾ, ਠੀਕ ਹੈ ਜੀ, 86.4 ਹੋ ਗਿਆ, ਇੱਥੇ ਨਿਸ਼ਾਨ ਲਾਉਣਾ ਆਪਾਂ ਨੇ ਰੈਂਡਮ, ਇੱਕ ਉੱਧਰ ਇੱਕ ਇੱਧਰ। ਇਸ ਤੋਂ ਬਾਅਦ ਆਪਾਂ ਨੂੰ ਖੁਰਜੀ ਦੀ ਲੋੜ ਪੈਣੀ ਹੈ, ਚਾਹੇ ਤਾਂ ਆਪਾਂ ਨੂੰ ਖੁਰਜੀ ਦੇਖ ਲਓ ਕਿਵੇਂ ਹੋਣਾ, ਆਹ ਪਾਸਾ ਆਪਾਂ ਨੇ ਨੀਚੇ ਕਰਨਾ, ਉੱਪਰ ਕਰਨਾ, ਤਾਂ ਖੁਰਜੀ ਦਾ ਨਿਸ਼ਾਨ ਹੈ ਜਿਹੜਾ ਆਪਣਾ, ਜਿਹੜੀ ਨਿਕਲੀ ਹੋਈ ਹੈ ਉੱਪਰਲੀ, ਠੀਕ ਹੈ ਜੀ, ਸੂਤ ਕੰਮ 7 ਹੈ, ਠੀਕ ਹੈ ਜੀ, ਇੱਥੋਂ ਆਪਾਂ ਨੇ ਸੂਤ ਕੰਮ 7 'ਤੇ ਨਿਸ਼ਾਨ ਲਾ ਦੇਣਾ, ਠੀਕ ਹੈ ਜੀ। ਅਤੇ ਜੇ ਨਹੀਂ ਕਰਨਾ ਤਾਂ ਸਿੰਪਲ ਤਰੀਕਾ ਇੱਕ ਹੋਰ ਵੀ ਹੈ, ਜਿਵੇਂ ਹੁਣ ਆਪਾਂ ਨੇ ਇੱਥੇ ਖੁਰਜੀ ਧਰ ਲਈ, ਠੀਕ ਹੈ ਜੀ, ਇੱਧਰਲੇ ਨਿਸ਼ਾਨ ਤੋਂ ਦੇਖ ਕੇ ਸਹੀ, ਠੀਕ ਹੈ ਜੀ, ਅੰਦਰਲੇ ਪਾਸੇ ਇੱਕ ਨਿਸ਼ਾਨ ਲਾ ਦੇਣਾ, ਬਸ ਸਿੰਪਲ ਤਰੀਕਾ, ਐਵੇਂ ਵੀ ਹੋ ਜਾਂਦਾ, ਠੀਕ ਹੈ ਜੀ। ਉਹਦੇ 'ਚੋਂ ਆਪਾਂ ਨੇ ਨੀਚੇ ਵਾਲੇ ਪਾਸੇ 1/2 ਇੰਚੀ ਦਾ ਟੱਕ ਛੱਡਣਾ, ਝਿਰੀ ਮਾਰਨੀ ਹੁੰਦੀ ਹੈ, ਝਿਰੀ ਮਾਰਨੀ ਹੈ, ਜੇ ਆਪਾਂ ਨੇ ਜਾਲੀ ਵਾਲਾ ਪੱਲਾ ਬਣਾਉਣਾ ਹੈ ਤਾਂ ਇਹਦੇ 'ਚ ਪਤਾਮ ਵੱਜ ਜਾਂਦਾ ਹੁੰਦਾ, ਠੀਕ ਹੈ ਜੀ। ਅਤੇ ਜਿਹੜਾ ਉੱਪਰਲਾ ਪਾਸਾ ਰਹਿ ਗਿਆ ਆਪਣਾ, ਠੀਕ ਹੈ ਜੀ, ਉੱਪਰਲੇ ਪਾਸੇ ਗਿੱਚੀ ਟੱਕ ਹੁੰਦਾ, ਉਹਨੂੰ 2 ਇੰਚੀ ਵੀ ਕਰ ਦਿਉ, 2.5 ਇੰਚੀ ਕਰ ਦਿਉ, ਖੁਰਜੀ ਦੇ ਅਕੋਰਡਿੰਗ ਹੁੰਦਾ ਉਹ, ਜੇ ਹੁਣ ਚੌੜੀ ਖੁਰਜੀ ਹੈ, ਜਿਵੇਂ ਹੁਣ ਆਪਣੀ ਖੁਰਜੀ ਆਪਣੀ 7 ਇੰਚੀ ਖੁਰਜੀ ਹੈ ਤਾਂ 2 ਇੰਚੀ ਗਿੱਚੀ ਟੱਕ ਮੈਜਰ ਰੱਖਦਾ ਵੀ ਠੀਕ ਹੈ। ਜੇ ਆਪਾਂ ਖੁਰਜੀ ਘੱਟ ਪਾਉਂਦੇ ਹਾਂ, ਕੋਈ ਉੱਪਰ 5 ਇੰਚੀ ਖੁਰਜੀ ਵੀ ਪਾਉਂਦਾ ਤਾਂ ਉਸ ਹਿਸਾਬ ਨਾਲ 1.5 ਇੰਚੀ ਗਿੱਚੀ ਟੱਕ ਰਹਿ ਜੂਗਾ ਉੱਪਰਲੇ ਪਾਸੇ ਇਹ, ਫਿਰ ਉਹ 1.5 ਰਹਿ ਜੂਗਾ, ਆਪਣੀ ਖੁਰਜੀ ਚੌੜੀ ਹੈ ਤਾਂ ਆਪਾਂ 2 ਇੰਚੀ ਗਿੱਚੀ ਟੱਕ ਰੱਖ ਦਾਂਗੇ, ਠੀਕ ਹੈ। ਇਸੇ ਤਰ੍ਹਾਂ ਨੀਚੇ ਨਿਸ਼ਾਨ ਲੱਗਣਗੇ, ਹੁਣ ਨੀਚੇ ਵਾਲਾ ਹਿੱਸਾ, ਠੀਕ ਹੈ, ਦੇਸੀ ਤਰੀਕੇ ਨਾਲ ਲਾ ਕੇ ਦਿਖਾ ਦਿੰਦੇ, ਜਿਵੇਂ ਹੁਣ ਦੇਸੀ ਤਰੀਕਾ ਇਹ ਹੈ, ਇੱਥੇ ਖੁਰਜੀ ਰੱਖ ਲਈ ਅਤੇ ਇੱਧਰੋਂ ਨਿਸ਼ਾਨ ਮਾਰਤਾ, ਇਹਨੂੰ ਮਿਣਨ ਦੀ ਵੀ ਲੋੜ ਨਹੀਂ ਹੈਗੀ, ਐਨ ਪੂਰਾ ਤੁਹਾਡਾ ਪੱਲਾ ਸਹੀ ਆਊਗਾ, ਠੀਕ ਹੈ ਜੀ। ਅਤੇ ਇਹ ਲਾ ਕੇ ਉਦੋਂ ਬਾਅਦ ਆਪਣੀ ਗਿੱਚੀ ਟੱਕ ਹੋ ਜਾਂਦੀ, ਠੀਕ ਹੈ ਜੀ, 1/2 ਇੰਚੀ ਦਾ। ਅਤੇ ਉਦੋਂ ਬਾਅਦ ਮੈਂ ਇਹਦੇ 'ਚ ਡਬਲ ਸੱਲ ਕਰੂੰਗਾ ਜੀ, ਠੀਕ ਹੈ ਜੀ, ਇਹਦੇ 'ਚ 2.5 ਇੰਚੀ ਸੱਲ ਮੈਂ ਇੱਥੇ ਸੈਂਟਰ ਵਾਲਾ ਰੱਖ ਦੇਣਾ, 1 ਇੰਚੀ ਦਾ ਆਪਾਂ ਨੇ ਫਿਰ ਉੱਥੇ ਵਾਧਾ ਵਿੱਚੋਂ ਛੱਡ ਦੇਣੀ ਹੈ ਚੂੜ ਵਾਸਤੇ, 2.5 ਇੰਚੀ ਆਪਾਂ ਨੇ ਨੀਚੇ ਫੇਰ ਲਾ ਦੇਣਾ, ਠੀਕ ਹੈ ਜੀ। ਅਤੇ 2 ਇੰਚੀ ਇੱਕ ਸੂਤ ਦਾ ਆਪਣਾ ਗਿੱਚੀ ਟੱਕ, 2.25 ਦਾ ਗਿੱਚੀ ਟੱਕ ਰਹਿ ਜੂਗਾ ਜੀ, ਠੀਕ ਹੈ ਜੀ, ਨੀਚੇ ਛੱਡ ਦੇਣਾ। ਇਸ ਤੋਂ ਬਾਅਦ ਆਪਾਂ ਨੂੰ ਗੂੜੀਆਂ ਦੀ ਲੋੜ ਪੈਣੀ, ਅਤੇ ਵੀ ਆਪਾਂ ਪ੍ਰੋਪਰ ਇਹਨਾਂ ਦੇ ਨਿਸ਼ਾਨ ਘੁੰਮਾ ਲਈਏ, ਠੀਕ ਹੈ ਜੀ। ਇਹ ਲੱਗ ਗਏ ਜੀ ਆਪਣੇ ਨਿਸ਼ਾਨ, ਠੀਕ ਹੈ ਜੀ, ਇਹਨਾਂ 'ਚੋਂ 2.5 ਇੰਚ ਦੇ 2 ਸਾਲ ਲੱਗ ਗਏ, ਵਿਚਾਲੇ ਵਾਧਾ ਰਹਿ ਜੂਗਾ, ਅਤੇ ਆਹ ਗਿੱਚੀ ਟੱਕ ਆ ਗਿਆ ਆਪਣੇ, ਇਸੇ ਤਰ੍ਹਾਂ ਆਪਾਂ ਉੱਪਰ ਲਾ ਲਾਂਗੇ। ਠੀਕ
ਮਾੜਾ ਜਿਹਾ ਨਿਸ਼ਾਨ ਘੁਮਾ ਲਓ ਸਾਰੇ ਪਾਸੇ। ਵੈਸੇ ਤਾਂ ਇਹ ਸਾਰੇ ਜਾਣਦੇ ਨੇ ਪਰ ਜਿਹੜੇ ਆਪਣੇ ਨਵੇਂ ਮੁੰਡੇ ਨੇ ਸਿੱਖ ਰਹੇ ਨੇ ਕੰਮ ਬੱਚੇ ਅਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਲਝਦੇ ਨੇ ਹੈ ਨਾ, ਅਤੇ ਉਹਨਾਂ ਵਾਸਤੇ ਬਣਾਈ ਐਜੂਕੇਸ਼ਨਲ ਪਰਪਸ ਆ। ਵੈਸੇ ਤਾਂ ਸਾਰੇ ਕਾਰੀਗਰ ਮਿਸਤਰੀ ਵਧੀਆ ਹੀ ਨੇ, ਠੀਕ ਹੈ, ਤਕਰੀਬਨ ਸਾਰੇ ਜਾਣਦੇ ਨੇ ਜਿਹੜੇ ਪ੍ਰੋਫੈਸ਼ਨਲ ਮਿਸਤਰੀ, ਉਹਨਾਂ ਦਾ ਸਾਰਿਆਂ ਨੂੰ ਪਤਾ ਹੀ ਹੁੰਦਾ। ਇਹ ਨਵਿਆਂ ਵਾਸਤੇ ਆ, ਨਾ ਕਿ ਪੁਰਾਣੇ ਵਾਸਤੇ, ਜਿਹੜੇ ਮੁੰਡੇ ਸਿੱਖ ਰਹੇ ਨੇ। ਅਤੇ ਕਈ ਵਾਰ ਉਹ ਵਿਚਾਰੇ ਮਿਸਤਰੀ ਜਿਹੜੇ ਹੈ, ਅੱਜ 6 ਮਿੰਟ ਆ ਜੀ, 6 ਮਿੰਟ ਆ ਜੀ, ਕੋਈ ਗੱਲ ਨਹੀਂ, ਚਲੋ ਨਵੇਂ ਮੁੰਡੇ ਸਿੱਖਦੇ ਨੇ, ਮਿਸਤਰੀ ਛੇਤੀ ਖੱਤ ਲਾਉਣੇ ਨਹੀਂ ਦੱਸਦੇ ਉਹਨਾਂ ਨੂੰ, ਅਤੇ ਉਹ ਫਿਰ ਉਲਝਣ 'ਚ ਰਹਿੰਦੇ ਨੇ। ਅੱਜ ਕੱਲ੍ਹ ਯੂਟਿਊਬ 'ਤੇ ਸਾਰਾ ਕੁਛ ਮਿਲਦਾ ਹੈ ਨਾ, ਸਰਚ ਕਰੋ ਉਹ ਵੀ ਮਿਲਦਾ ਹੈ।